वाहिगुरु जी का खालसा वाहिगुरु जी की फतेह जी। फिर एक बार तुहाडे सामने आए हैं, हुणे अद्धा घंटा पहला लाइव हुई सी, पर अद्धा पौना घंटा गुरप्रीत नूं उहनूं समझाउंदिआं नूं तां उहनूं थोड़ा हौसला दिंदिआं नूं लग गया। तो सारे साडा परिवार बैठा अज्ज, तो इन्हां लई अज्ज दी दिवाली है जिहड़ी इन्हां दे चेहरिआं तों देख के जे तुहानूं लगदा वी कोई दिवाली मनाउण दी तैयारी दे विच आ ਤਾਂ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਸਾਰੇ ਇੱਕ ਚੰਗੀ ਦਿਵਾਲੀ ਮਨਾਵੋ। ਇੱਕ ਹਾਮਲੈਸ ਕਿਸੇ ਦਾ ਨੁਕਸਾਨ ਨਾ ਹੋਵੇ ਉੱਦਾਂ ਦੀ ਦਿਵਾਲੀ ਮਨਾਵੋ, ਜਿਹੜਾ ਕਿਸੇ ਦੇ ਜ਼ਿੰਦਗੀ ਦੇ ਉੱਤੇ ਕੁਛ ਚੰਗਾ ਕਰੇ ਇੱਦਾਂ ਦੀ ਦਿਵਾਲੀ ਮਨਾਵੋ, ਜਿਹੜਾ ਵਾਤਾਵਰਨ ਨੂੰ ਸਾਡੇ ਨੂੰ ਸਾਫ਼ ਸੁਥਰਾ ਰੱਖੇ ਇੱਦਾਂ ਦੀ ਦਿਵਾਲੀ ਮਨਾਵੋ। ਜਿਹੜਾ ਪੈਸੇ ਨੂੰ ਤੁਸੀਂ ਅੱਗ ਲਾਉਣੀ ਅੱਜ ਰਾਤ ਨੂੰ ਉਹ ਕਿਸੇ ਗਰੀਬ ਦੇ ਮੂੰਹ ਤੱਕ ਚਲੇ ਜਾਵੇ, ਇੱਦਾਂ ਦਾ ਕੋਈ ਕਾਰਜ ਕਰੋ। ਸਾਡੀ ਟੀਮ ਵੱਲੋਂ ਸਾਡੇ ਪਰਿਵਾਰ ਵੱਲੋਂ यही तुहानू दिवाली दिया एक छोटा जा मैसेज आ। साडे परिवारक मैंबर बैठे सारे दिवाली, अज एक बंदी छोड़ दिवस भी है साडे उस जाने के कह दिए जागदी जोत जिहड़ी 11वें गुरु गुरु ग्रंथ साहब जी दे जिहड़े अंश दी, जिन्होंने अज दे दिन 52 राजां नू जेल चो छड़ाया सीगा। ਅਤੇ ਅੱਜ ਸਾਡੇ ਲਈ ਉਹ ਵੀ ਬਹੁਤ ਵੱਡਾ ਤਿਉਹਾਰ ਆ। ਦੀਪਾਵਲੀ ਦੀਆਂ ਮੁਬਾਰਕਾਂ ਜਿਹਦੇ ਵਿੱਚ ਸਾਡੇ ਲਕਸ਼ਮੀ ਮਾਤਾ ਦੀ ਲੋਕ ਪੂਜਾ ਕਰਦੇ ਆ, ਅਤੇ ਇੱਦਾਂ ਹੀ ਸਾਰੇ ਧਰਮਾਂ ਦੇ ਵਿੱਚ ਮਨਾਇਆ ਜਾਂਦਾ ਇਹ ਤਿਉਹਾਰ ਆ। ਧਰਮ ਇਨਸਾਨ ਦੇ ਪੈਦਾ ਹੋਣ ਤੋਂ ਬਾਅਦ 'ਚ ਬਣੇ, ਪਰ ਜਦੋਂ ਇਨਸਾਨ ਪੈਦਾ ਹੋਇਆ ਸੀਗਾ ਉਦੋਂ ਕੋਈ ਧਰਮ ਨਹੀਂ ਸੀਗਾ, ਉਦੋਂ ਸਿਰਫ ਇਨਸਾਨ ਸੀ, ਉਦੋਂ ਸਿਰਫ ਇੱਕ ਮਨੁੱਖਤਾ ਦੀ ਗੱਲ ਹੁੰਦੀ ਸੀ, ਉਦੋਂ ਸਿਰਫ ਇੱਕ ਇਨਸਾਨੀਅਤ ਦੀ ਗੱਲ ਹੁੰਦੀ ਸੀ। ਅਸੀਂ ਇਹਨੂੰ ਧਰਮਾਂ 'ਚ ਵੰਡ ਲਿਆ, ਜਾਤਾਂ 'ਚ ਵੰਡ ਲਿਆ, ਇਹਨੂੰ ਅਸੀਂ ਹੁਣ ਤਾਂ ਪਾਰਟੀਆਂ 'ਚ ਵੀ ਵੰਡ ਲਿਆ, ਹੁਣ ਤਾਂ ਅਸੀਂ ਇਸ ਤਰੀਕੇ ਨਾਲ ਵੰਡ ਲਿਆ ਆਪਦੇ ਆਪ ਨੂੰ ਵੀ ਅਸੀਂ ਇਕੱਠੇ ਹੋਣ ਦੇ ਚਾਂਸ ਹੀ ਖਤਮ ਹੋ ਗਏ ਸਾਡੇ। ਅਤੇ ਅੱਜ ਇਹ ਜਿਹੜਾ ਪਰਿਵਾਰ ਤੁਹਾਡੇ ਸਾਹਮਣੇ ਬੈਠਾ ਇਹ ਵੰਡਿਆ ਹੋਇਆ ਪਰਿਵਾਰ ਨਹੀਂ ਹੈਗਾ, ਇਹ ਪਰਿਵਾਰ 'ਚ ਕੋਈ ਜਾਤ ਪਾਤ ਨਹੀਂ, ਇਹਦੇ 'ਚ ਕੋਈ ਧਰਮ ਨਹੀਂ ਹੈਗਾ, ਇੱਥੇ ਕੋਈ ਸਿੱਖ ਨਹੀਂ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਕ੍ਰਿਸਚਨ ਨਹੀਂ, ਇੱਥੇ ਇਨਸਾਨ ਆ, ਇੱਥੇ ਮਨੁੱਖਤਾ ਦੀ ਸੇਵਾ ਹੁੰਦੀ ਆ, ਇੱਥੇ ਇਨਸਾਨ ਨੂੰ ਪੂਜਿਆ ਜਾਂਦਾ, ਇਸੇ ਇਨਸਾਨ ਦੇ ਅੰਦਰ ਜਿਹੜਾ ਰੱਬ ਆ ਉਹਨੂੰ ਪੂਜਿਆ ਜਾਂਦਾ। ਇਸ ਕਰਕੇ ਅੱਜ ਤੁਹਾਨੂੰ ਅਸੀਂ ਸਾਰਿਆਂ ਨੂੰ ਇੱਕ ਛੋਟਾ ਜਿਹਾ ਮੈਸੇਜ ਦੇਣ ਲੱਗੇ ਹਾਂ ਸਾਡੇ ਪਰਿਵਾਰ ਦੇ ਰਾਹੀਂ, ਵੀ ਇੱਦਾਂ ਦੇ ਹਾਲਾਤਾਂ ਦੇ ਵਿੱਚ ਵੀ ਇਨਸਾਨ ਤੁਹਾਡੇ ਨੇੜੇ ਤੇੜੇ ਪਏ ਆ, ਤੁਸੀਂ ਉਹਨਾਂ ਨਾਲ ਦਿਵਾਲੀ ਮਨਾਓ। ਤੁਸੀਂ ਤੁਹਾਡੇ ਆਂਢ ਗੁਆਂਢ, ਤੁਹਾਡੇ ਗਲੀ ਮੁਹੱਲੇ ਦੇ ਵਿੱਚ ਕੋਈ ਘਰ ਦੇ ਵਿੱਚ ਪਿਆ 10 ਸਾਲਾਂ ਤੋਂ ਬੰਦਾ ਜਿਹੜਾ ਫਿਜ਼ੀਕਲੀ ਡਿਸੇਬਲ ਆ ਜਾਂ ਮੈਂਟਲੀ ਅਪਸੈਟ ਆ, ਤੁਸੀਂ ਉਹਦੇ ਨਾਲ ਜਾ ਕੇ ਦਿਵਾਲੀ ਮਨਾਓ, ਉਹਦੇ ਨਾਲ ਖੁਸ਼ੀਆਂ ਸਾਂਝੀਆਂ ਕਰੋ। ਜਿਵੇਂ ਗੋਪਾਲ ਵਰਗਾ ਕੋਈ ਵੀਰ ਆ ਜਿਹੜਾ ਘਰ ਦੇ ਵਿੱਚ ਹੀ ਆਪਣੀ ਗੁਲਾਮੀ ਭਰੀ ਜ਼ਿੰਦਗੀ ਜਿਉ ਰਿਹਾ ਸੀਗਾ, ਇੱਕ ਇਨਸਾਨ ਨੇ 40 ਸਾਲਾਂ ਤੋਂ ਇਹਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀਗਾ, ਅਤੇ ਉਸ ਗੁਲਾਮੀ ਦੀ ਜ਼ਿੰਦਗੀ ਦੇ ਵਿੱਚੋਂ ਕੱਢਣ ਲਈ ਕਿਸੇ ਦੇ ਜ਼ਿੰਦਗੀ 'ਚ ਕੁਛ ਚੰਗਾ ਕਰਨ ਦਾ ਯਤਨ ਕਰੋ, ਇਹੀ ਦਿਵਾਲੀ ਹੋਊਗੀ ਤੁਹਾਡੇ ਲਈ, ਅਤੇ ਇਹੀ ਤਿਉਹਾਰ ਹੋਊਗਾ। ਇੱਦਾਂ ਦੇ ਇਨਸਾਨ ਆ, ਬਾਪੂ ਕਿੰਨੇ ਸਾਲਾਂ ਤੋਂ ਇਸ ਹਾਲਾਤ ਦੇ ਵਿੱਚ ਬੈਠਾ ਸੀਗਾ, ਸਾਡੇ ਵਰਮਾ ਜੀ 9 ਸਾਲਾਂ ਤੋਂ ਆਪਣੇ ਘਰ ਦੇ ਵਿੱਚ ਆਪਣੇ ਆਪ ਨੂੰ ਕਮਰੇ 'ਚ ਬੰਦ ਕਰੀ ਬੈਠੇ ਸੀਗੇ। ਜਿਵੇਂ ਰਮੇਸ਼ ਆ ਬਾਪੂ ਜੀ, ਇਹ ਵੀ CMC ਹਸਪਤਾਲ ਦੇ ਬਾਹਰ ਪਏ ਸੀ ਬਹੁਤ ਮਾੜੇ ਹਾਲਾਤਾਂ ਦੇ ਵਿੱਚ, ਪਲਾਜ਼ੋ ਇਹ ਬੀਟ ਗਰਾਸ ਪਲਾਉਣ ਲੱਗੇ ਆ ਵੀਰ ਸਾਡੇ। ਇਹ ਜਿਵੇਂ ਬੀਟ ਗਰਾਸ ਵੀ ਇੱਕ ਬੜੀ ਵਧੀਆ ਚੀਜ਼ ਆ, ਜਿਹੜੇ ਸਾਡੇ ਮਰੀਜ਼ ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ, ਇੰਨੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਨਾਲ ਘਿਰੇ ਹੋਏ ਸੀ, ਇਹਨਾਂ ਨੂੰ ਸ਼ੂਗਰ ਵੀ ਆ, ਇਹਨਾਂ ਦਾ ਲੀਵਰ ਵੀ ਡੈਮੇਜ ਆ, ਅਤੇ ਕਿਡਨੀ ਦੀ ਵੀ ਪ੍ਰੋਬਲਮ ਚੱਲਦੀ ਆ, ਅਤੇ ਉਹ ਬਹੁਤ ਫਰਕ ਆ ਅੱਗੇ ਨਾਲੋਂ, ਬਹੁਤ ਯਾਨੀ ਕਿ ਇੱਕ ਸਿਹਤ ਦੇ ਵਿੱਚ ਫਰਕ ਆ ਬੀਟ ਗਰਾਸ ਦੇ ਪਿਲਾਉਣ ਦੇ ਨਾਲ ਹੀ। ਅਤੇ ਇੱਦਾਂ ਹੀ ਸਾਡੇ ਸਾਰੇ ਪਰਿਵਾਰਕ ਮੈਂਬਰ ਬੈਠੇ ਆ, ਤੁਹਾਨੂੰ ਦਿਵਾਲੀ ਦੀਆਂ ਸ਼ਹਿਰ ਖੁਸ਼ੀਆਂ ਸਾਂਝੀਆਂ ਕਰਨ ਲਈ ਬੈਠੇ ਤੁਹਾਡੇ ਨਾਲ, ਪਰ ਪਲੀਜ਼ ਬੇਨਤੀ ਆ ਤੁਸੀਂ ਵੀ ਉਹ ਨਿਰਮਲਾ ਉੱਥੇ, ਇਹ ਨਿਰਮਲ ਖਾਨ ਆ ਜੀ ਸਾਡਾ ਵੀਰ, ਨਿੰਮਾ ਖਾਨ ਵੀਰ ਸਾਡਾ, ਅਤੇ ਇਹ ਵੀ ਵੀਰ 22 ਸਾਲਾਂ ਤੋਂ ਘਰੇ ਬੰਨਿਆ ਹੋਇਆ ਸੀ ਸੰਗਲਾਂ ਦੇ ਨਾਲ। ਪ੍ਰਦੀਪ ਆ, ਬਾਪੂ ਸੁਰਜੀਤ ਆ, ਇਹ ਵੀ ਬੀਟ ਗਰਾਸ ਪੀਣ ਲੱਗਿਆ। ਬਾਪੂ ਕੁਲਵੰਤ ਆ, ਇਹਨਾਂ ਨੂੰ ਵੀ ਬੀਟ ਗਰਾਸ ਪਿਲਾਈ ਜਾਂਦੀ ਆ, ਇਹਨਾਂ ਨੂੰ NG ਦੇ ਥਰੂ ਚਾਹੇ ਡਾਕਟਰਾਂ ਨੇ ਜਵਾਬ ਦਿੱਤਾ ਸੀ, ਪਰ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ, ਅਤੇ ਸੱਚੇ ਪਾਤਸ਼ਾਹ ਦੀ ਬਹੁਤ ਮਿਹਰ ਆ। ਇਹ ਸਾਡਾ ਛੋਟਾ ਭਰਾ ਵਾ ਜੀ ਅਨਮੋਲ ਕਵਿਤਰਾ, ਇਹਨੂੰ ਕੋਈ ਜਾਣਨ ਦੀ ਜਾਂ ਇਹਨੂੰ ਕੋਈ ਕਿਸੇ ਨੂੰ ਮਿਲਾਉਣ ਦੀ ਲੋੜ ਨਹੀਂ, ਇਹਨੂੰ ਸਾਰੇ ਲੋਕ ਜਾਣਦੇ ਆ, ਬਹੁਤ ਸੋਹਣਾ ਕਾਰਜ ਕਰਦਾ ਵੀ ਵੀਰ ਸੱਚੇ ਪਾਤਸ਼ਾਹ। ਇੱਦਾਂ ਦੇ ਕਾਰਜ ਅਸੀਂ ਚਾਹੁੰਦੇ ਹਾਂ ਵੀ ਇੱਦਾਂ ਦੇ ਇਨਸਾਨ ਸਾਡੇ ਅਨਮੋਲ ਕਵਿਤਰਾ ਵਰਗੇ ਇਨਸਾਨ ਸਮਾਜ ਦੇ ਵਿੱਚ ਹੋਰ ਬਹੁਤ ਜ਼ਿਆਦਾ ਪੈਦਾ ਹੋਣ, ਤਾਂ ਜੋ ਅਸੀਂ ਉਸ ਇੱਕ ਮਰਦੀ ਹੋਈ ਇਨਸਾਨੀਅਤ ਨੂੰ ਬਚਾ ਸਕੀਏ, ਇੱਕ ਡੁੱਬਦੇ ਹੋਏ ਅੱਜ ਦੇ ਸਮਾਜ ਨੂੰ ਦੇ ਜਹਾਜ਼ ਨੂੰ ਬਚਾ ਸਕੀਏ। ਇਹ ਵੀਰ ਹੁਣ ਤੱਕ 1,00,000 ਲੋਕਾਂ ਦਾ ਇਲਾਜ ਕਰਾ ਚੁੱਕਿਆ, ਉਹ ਵੀ ਇੱਦਾਂ ਕਿ ਬਿਨਾਂ ਪੈਸੇ ਨੂੰ ਹੱਥ ਲਾਏ ਤੋਂ, ਬਿਨਾਂ ਉਸ ਮਾਇਆ ਤੋਂ ਕਲੈਣੀ ਤੋਂ ਦੂਰ ਰਹਿ ਕੇ ਕਿਸੇ ਦੀ ਮਦਦ ਕਰਨੀ ਬਹੁਤ ਅੱਜ ਕੱਲ੍ਹ ਦੇ ਸਮੇਂ 'ਚ ਡਿਫੀਕਲਟ ਕੰਮ ਆ। ਪਰ ਇਸ ਵੀਰ ਨੇ ਜਿਹੜਾ ਇੱਕ ਆਈਡੀਆ ਲੈ ਕੇ ਆਉਂਦਾ ਸਾਹਮਣੇ, ਉਹਦੇ ਨਾਲ 1,00,000 ਲੋਕਾਂ ਦੀ ਹੈਲਪ ਹੋ ਰਹੀ ਆ।
ਤੇ ਸੱਚੇ ਪਾਤਸ਼ਾਹ ਮਿਹਰ ਕਰਨ ਇਹਨਾਂ ਦੀ ਟੀਮ ਤੇ ਪੂਰਾ ਇਦਾਂ ਹੀ ਸੇਵਾ ਕਰਦੇ ਰਹਿਣ, ਹੋਰ ਲੱਖਾਂ ਕਰੋੜਾਂ ਲੋਕਾਂ ਦੀ ਮਦਦ ਕਰ ਸਕਣ। ਅਨਮੋਲ ਕਵਿਤਰਾ ਜਾਣੀ ਕਿ ਇੱਕ ਅੱਜ ਦੇ ਯੂਥ ਵਾਸਤੇ ਬਹੁਤ ਜਾਣੀ ਕਿ ਇੰਸਪੀਰੇਸ਼ਨ ਵਾਲੀ ਗੱਲ ਹੈ। ਤੁਹਾਨੂੰ ਇਸ ਚੀਜ਼ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੀ ਇੱਕ ਟੀਨੇਜਰ ਇਸ ਉਮਰ ਦੇ ਵਿੱਚ, ਜਿਹੜਾ ਉਮਰ ਦੇ ਵਿੱਚ ਲੋਕ ਮੁੰਡੇ ਅੱਜ ਕੱਲ੍ਹ ਗੇੜੀਆਂ ਲਾਉਂਦੇ ਆ ਜਾਂ ਜ਼ਿੰਦਗੀ ਹੋਰ ਤਰੀਕੇ ਨਾਲ ਜਿਉਂਦੇ ਆ, ਜਿਹੜੀ ਅੱਜ ਕੱਲ੍ਹ ਸਾਡੀ ਯੂਥ ਦਾ ਤੁਹਾਨੂੰ ਪਤਾ ਹੀ ਹੈ ਕੀ ਕਰਦੀ ਆ, ਅਤੇ ਪਰ ਇਸ ਵੀਰ ਨੇ ਇਹ ਰਾਹ ਚੁਣਿਆ, ਹੁਣ ਤੱਕਰ ਇੰਨੇ ਲੋਕਾਂ ਦੀ ਮਦਦ ਕਰ ਚੁੱਕਿਆ, ਇੰਨੀਆਂ ਜ਼ਿੰਦਗੀਆਂ ਨੂੰ ਬਦਲ ਚੁੱਕਿਆ। ਇੱਦਾਂ ਦੀ ਇੱਕ ਸੋਚ ਨੂੰ ਲੈ ਕੇ ਆਉਣਾ ਚਾਹੀਦਾ। ਅਸੀਂ ਸਾਰੀ ਯੂਥ ਨੂੰ ਅੱਜ ਦੀਵਾਲੀ ਦੇ ਤਿਉਹਾਰ 'ਤੇ ਬੇਨਤੀ ਕਰਦੇ ਹਾਂ ਵੀ ਸੋਚ ਨੂੰ ਬਦਲੋ, ਆਪਣੇ ਅੰਦਰੋਂ ਆਪਦੇ ਆਪ ਨੂੰ ਬਦਲੋ, ਨਾ ਕਿ ਆਪਾਂ ਸਮਾਜ ਨੂੰ ਕਿਸੇ ਲੋਕਾਂ ਨੂੰ ਕਹੀ ਜਾਈਏ ਸਾਡੇ ਲੀਡਰ ਮਾੜੇ ਆ, ਸਾਡੀਆਂ ਸਰਕਾਰਾਂ ਮਾੜੀਆਂ ਸਰ। ਅਸੀਂ ਆਪਦੇ ਆਪ ਨੂੰ ਬਦਲੀਏ, ਫਿਰ ਹੀ ਅਸੀਂ ਸਮਾਜ ਨੂੰ ਬਦਲ ਸਕਦੇ ਹਾਂ। ਇਹ ਵੀਰ ਵੀ ਅੱਜ ਰਾਤ ਸਾਨੂੰ ਕਾਲ ਆਇਆ ਸੀ, ਕੁਦਰਤ ਤੋਂ ਲਾਈਵ ਹੋਏ ਹੋਏ ਸੀ ਅਤੇ ਵਿੱਚ ਪਹੁੰਚ ਗਿਆ, ਅਤੇ ਕਹਿੰਦਾ ਸੀ ਆਉਣਾ ਇੱਥੇ ਦੀਵਾਲੀ ਸਾਡੇ ਨਾਲ, ਸਾਡੇ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ। ਅੱਗੇ ਵੀ ਅਸੀਂ ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਰਹਿੰਦੇ ਹਾਂ ਭਰਾ ਸਾਡੇ, ਅਤੇ ਅੱਜ ਸਾਡੇ ਕੋਲ ਵੀਰ ਪਹੁੰਚਿਆ ਸੀ, ਅਤੇ ਸੱਚੇ ਪਾਤਸ਼ਾਹ ਮਿਹਰ ਕਰੇ ਇਸ ਵੀਰ 'ਤੇ ਵੀ। ਅਤੇ ਤੁਸੀਂ ਵੀ ਕੋਈ ਮਾੜਾ ਮੈਸੇਜ ਦਿਓ ਛੋਟਾ ਮੋਟਾ ਸਾਡੇ। ਮੇਰੇ ਲਈ ਬਹੁਤ ਵੱਡੀ ਗੱਲ ਹੈ ਭਾਜੀ, ਉਹਨਾਂ ਨੇ ਮੈਂ ਹਰ ਵਾਰੀ ਦੱਸਿਆ ਹੋਇਆ ਕਿ ਇਹ ਭਾਜੀ ਦੀ ਇੱਕ ਸਪੋਰਟ ਸਾਨੂੰ ਰੱਬ ਨਾਲੋਂ ਘੱਟ ਨਹੀਂ ਹੈ। ਭਾਜੀ ਜੋ ਮਰਜ਼ੀ ਕਹਿਣ, ਸੇਵਾਦਾਰ ਹੈ ਭਾਜੀ ਇੱਕ, ਮਤਲਬ ਮੇਰੇ ਕੋਲ ਬੋਲਣ ਲਈ ਬਹੁਤ ਕੁਛ ਹੁੰਦਾ ਪਰ ਭਾਜੀ ਅੱਗੇ ਨਾ ਮੈਂ ਅੱਜ ਤੱਕ ਬੋਲਿਆ ਨਾ ਮੇਰੇ 'ਚ ਇੰਨਾ ਕੁਛ ਹੈ ਬੋਲਣ ਲਈ। ਜੋ ਇਹ ਕੰਮ ਹੋ ਰਿਹਾ ਇਸ ਤੋਂ ਉੱਤੇ ਸਵਰਗ ਜਾਂ ਨਰਕ ਦੋਨੋਂ ਇੱਥੇ ਹੀ ਹੈ, ਇੱਥੇ ਆ ਕੇ ਭਾਜੀ ਕੋਲ 10 ਮਿੰਟ ਬੈਠੋ, ਸਭ ਕੁਛ ਸਮਝੋ। ਭਾਜੀ ਹੋਣੀ ਵੀ ਪੈਸੇ ਅਸੈਪਟ ਨਹੀਂ ਕਰਦੇ, ਇਹ ਵੀ ਕਹਿੰਦੇ ਕਿ ਸਾਨੂੰ ਚੀਜ਼ਾਂ ਦੇ ਜੋ, ਤੁਸੀਂ ਜਿਹੜੀ ਆਪਣੀ ਆ ਕੇ ਤਾਂ ਟਾਈਮ ਸਪੈਂਡ ਕਰੋ। ਇਸ ਤੋਂ ਉੱਤੇ ਕੁਛ ਨਹੀਂ ਆ, ਮੇਰਾ ਆਉਣ ਦਾ ਮਕਸਦ ਵੀ ਇੱਥੇ ਅਪਾਰ ਭਾਜੀ ਸੀਗੇ, ਉਹਨਾਂ ਨੇ ਇੱਥੇ ਮਤਲਬ ਆਉਣਾ ਸੀਗਾ ਅੱਜ ਦੀਵਾਲੀ ਮਨਾਉਣ ਅਤੇ ਮੈਨੂੰ ਨਾਲ ਲਿਆਏ। ਅਤੇ ਭਾਜੀ ਉਹਨਾਂ ਨਾਲ ਕਾਫੀ ਮਤਲਬ ਜਦੋਂ ਸ਼ੁਰੂਆਤ ਕੀਤੀ ਸੀ ਵੀਡੀਓ ਨੋਟ ਦੀ ਤਾਂ ਬੂਟਾ ਇਹਨਾਂ ਦੇ ਹੱਥੋਂ ਹੀ ਲੱਗਿਆ ਹੋਇਆ ਭਾਜੀ ਨੂੰ, ਅਤੇ ਭਾਜੀ ਨੇ ਕਦੀ ਜ਼ਿਕਰ ਨਹੀਂ ਕੀਤਾ ਤੁਹਾਡੇ ਸਾਰਿਆਂ ਨਾਲ, ਅਤੇ ਇਹ ਭਾਜੀ ਦੇ ਹੱਥੋਂ ਹੀ ਬੂਟਾ ਨਿਕਲਿਆ ਸੀਗਾ ਕਿਉਂਕਿ ਅਸੀਂ ਵੀ ਕਿਤੇ ਨਾ ਕਿਤੇ ਡੋਲ ਜਾਂਦੇ ਸੀਗੇ ਕਿ ਸਾਨੂੰ ਵੀ ਸਪੋਰਟ ਦੀ ਲੋੜ ਪੈਂਦੀ ਸੀ। ਤਾਂ ਇਹ ਇਕੱਲੇ ਸ਼ਖਸ ਹੈ, ਇਕੱਲੀ ਐਨ ਜੀ ਓ ਹੈ, ਇਕੱਲੇ ਰੱਬ ਰੱਬ ਬੰਦੇ ਜਿਨ੍ਹਾਂ ਨੇ ਆ ਕੇ ਸਿਰ 'ਤੇ ਹੱਥ ਰੱਖਿਆ ਕਿ ਤੂੰ ਜਿੱਥੇ ਜਿੱਥੇ ਚੱਲੇਗਾ ਅਸੀਂ ਤੇਰੇ ਨਾਲ ਹਾਂ, ਅਤੇ ਉਹੀ ਨਹੀਂ ਸਾਰੀ ਜ਼ਿੰਦਗੀ ਅਸੀਂ ਭੁੱਲ ਸਕਦੇ। ਅਤੇ ਇਸ ਤੋਂ ਉੱਤੇ ਤਾਂ ਕੋਈ ਕੰਮ ਹੀ ਹੈ ਨਹੀਂ, ਬਸ ਇਹੀ ਕਹਿ ਸਕਦਾ ਕਿ ਸਾਡੇ ਹਿੱਸੇ ਦੀ ਵੀ ਖੁਸ਼ੀਆਂ ਇੱਥੇ ਜਿਹੜੇ ਭਾਜੀ ਸੇਵਾ ਕਰ ਰਹੇ ਜਿਨ੍ਹਾਂ ਦੀ, ਉਹਨਾਂ ਨੂੰ ਮਿਲ ਜਾਣ, ਉਹਨਾਂ ਨੂੰ ਦੇਖ ਕੇ ਲੱਗਦਾ ਕਿ ਸਾਡੇ ਕੋਲੋਂ ਰੱਬ ਨੇ ਜੋ ਦਿੱਤਾ ਨਾ ਸਾਡੇ ਹਿੱਸੇ ਦੀ ਖੁਸ਼ੀਆਂ ਵੀ ਇਹਨਾਂ ਨੂੰ ਮਿਲ ਜਾਣ। ਇਹੀ ਅਸਲ 'ਚ ਇੱਕ ਦੁਆ ਵਾ ਇਹਨਾਂ ਲਈ, ਇਹੀ ਇੱਕ ਅਰਦਾਸ ਆ ਵੀ ਜਿਹੜੀਆਂ ਆਪਣੀਆਂ ਖੁਸ਼ੀਆਂ ਆਪਾਂ ਇਹਨਾਂ ਨੂੰ ਦੇ ਸਕੀਏ ਨਾ, ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਇਹਨਾਂ ਲਈ ਨਿਆਮਤ ਆ, ਕਿਉਂਕਿ ਇਹਨਾਂ ਨੇ ਤਕਲੀਫਾਂ ਦੇਖੀਆਂ, ਇਹਨਾਂ ਨੇ ਦੁੱਖ ਦੇਖਿਆ। ਇੱਕ ਇਨਸਾਨ ਦੇ ਕੀੜੇ ਪੈ ਜਾਣੇ ਕਿਸੇ ਦੇ ਸਿਰ 'ਚ, ਕਿਸੇ ਦੇ ਲੱਤ 'ਚ, ਕਿਸੇ ਦੇ ਪੈਰ 'ਚ, ਇੱਕ ਬੰਦਾ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ 20-20 ਸਾਲਾਂ ਤੋਂ ਘਰ ਦੇ ਵਿੱਚ, ਇੱਕ ਬੰਦਾ ਗੁਲਾਮੀ ਭਰੀ ਜ਼ਿੰਦਗੀ ਜੀ ਰਿਹਾ, ਇੱਕ ਬੰਦਾ ਆਪਣੇ ਘਰ ਦੇ ਵਿੱਚ ਜਿਹੜਾ ਉਹਨੇ ਸੁਪਨਿਆਂ ਦਾ ਘਰ ਬਣਾਇਆ ਹੁੰਦਾ ਕਿਸੇ ਟਾਈਮ, ਉਹਦੇ ਵਿੱਚ ਪਿਆ ਬਿਨਾਂ ਇਲਾਜ ਤੋਂ ਮਰ ਰਿਹਾ ਹੁੰਦਾ, 5-5, 7-7 ਸਾਲਾਂ ਤੋਂ, 10-10 ਸਾਲਾਂ ਤੋਂ ਅੰਦਰ ਹੀ ਟੋਇਲਟ ਦੇ ਢੇਰ ਲੱਗੇ ਪਏ ਹੁੰਦੇ। ਇੱਦਾਂ ਦੀਆਂ ਜ਼ਿੰਦਗੀਆਂ ਸਾਡੇ ਸਮਾਜ ਦੇ ਵਿੱਚ ਇਨਸਾਨ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੇ ਭੈਣ, ਸਾਡੇ ਭਰਾ ਜਿਉਂਦੇ ਆ, ਉਹਨਾਂ ਨੂੰ ਦੇਖਣ ਲਈ ਪਲੀਜ਼ ਤੁਸੀਂ ਆਪਣੀ ਅੱਖ ਨੂੰ ਬਦਲੋ, ਆਪਣੀ ਸੋਚ ਨੂੰ ਬਦਲੋ, ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਕੋਈ ਇਹ ਬਹੁਤ ਵੱਡਾ ਕਰੋੜਾਂ ਦਾ ਸੌਦਾ ਨਹੀਂ ਹੈਗਾ, ਇੱਕ ਛੋਟੀ ਜਿਹੀ ਖੁਸ਼ੀ ਕਿਸੇ ਨੂੰ ਦੇਣੀ। ਦੀਵਾਲੀ ਆ, ਅੱਜ ਤੁਸੀਂ ਆਪਣੇ ਆਂਢ ਗੁਆਂਢ, ਆਪਣੇ ਨੇੜੇ ਤੇੜੇ, ਜੇ ਤੁਹਾਨੂੰ ਪਤਾ ਵੀ ਕਿਸੇ ਦੇ ਘਰ ਦੇ ਵਿੱਚ ਕੋਈ ਮੈਂਟਲੀ ਅਪਸੈਟ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ, ਕਿਸੇ ਦਾ ਬੇਟਾ ਜਾਂ ਕਿਸੇ ਦਾ ਬਾਪ ਜਾਂ ਕਿਸੇ ਦੀ ਮਾਂ ਜਾਂ ਕਿਸੇ ਦੀ ਭੈਣ, ਤਾਂ ਪਲੀਜ਼ ਉਹਨਾਂ ਦੇ ਘਰ ਜਾਓ, ਉਹਨਾਂ ਨੂੰ ਰਿਕੁਐਸਟ ਕਰੋ ਵੀ ਅਸੀਂ ਇਹਨਾਂ ਨਾਲ 5 ਮਿੰਟ ਸਪੈਂਡ ਕਰਨੇ ਚਾਹੁੰਦੇ ਹਾਂ, ਅਸੀਂ ਇਹਦੀ ਸੇਵਾ ਕਰਨੀ ਚਾਹੁੰਦੇ ਹਾਂ, ਜਾਂ ਅਸੀਂ ਇਹਦਾ ਇਲਾਜ ਕਰਵਾਉਣਾ ਚਾਹੁੰਦੇ ਹਾਂ, ਜਾਂ ਤੁਸੀਂ ਇੱਦਾਂ ਦੇ ਇਨਸਾਨ ਜਿਹੜੇ ਘਰਾਂ 'ਚ ਬਿਮਾਰ ਪਏ ਆ, ਕੈਂਸਰ ਦੀਆਂ ਬਿਮਾਰੀਆਂ ਨਾਲ ਪੀੜਤ ਆ, ਜਾਂ ਹੋਰ ਫਿਜੀਕਲੀ ਡਿਸੇਬਲ ਲਾਈਫ ਜਿਉਂਦੇ ਆ, ਮੰਜਿਆਂ 'ਤੇ ਪਏ, ਆਪਣੇ ਘਰ ਦੇ ਵਿੱਚ ਹੀ ਜ਼ਿੰਦਗੀ ਅਤੇ ਮੌਤ ਦੇ ਵਿੱਚ ਉਹਨਾਂ ਦਾ ਮਤਲਬ ਆ ਜਿਹੜਾ ਉਹ ਇਕਾਂਤਰ ਆ, ਉਹ ਖਤਮ ਹੋਇਆ ਪਿਆ, ਉਹਨਾਂ ਨਾਲ ਜਾ ਕੇ ਤੁਸੀਂ ਸਾਡੀ ਖੁਸ਼ੀਆਂ ਸਾਂਝੀਆਂ ਕਰ ਸਕਦੇ, ਉਹਨਾਂ ਨਾਲ 10 ਮਿੰਟ ਜੇ ਤੁਸੀਂ ਗੁਜ਼ਾਰੋ, ਤਾਂ ਅਸਲ ਦੀਵਾਲੀ ਆ ਇਹ, ਅਤੇ ਕਿਸੇ ਲੋੜਵੰਦ ਤੱਕਰ ਸਹੀ ਥਾਂ 'ਤੇ ਆਪਦਾ ਅੱਜ ਦਾ ਜਿਹੜਾ ਤੁਹਾਡਾ ਦੀਵਾਲੀ ਦਾ ਪੈਸਾ ਜਿਹੜਾ ਤੁਸੀਂ ਪਟਾਕਿਆਂ ਨੂੰ ਅੱਗ ਲਾਉਣੀ ਆ ਪੈਸਿਆਂ ਨੂੰ, ਉਹਨੂੰ ਬਚਾ ਕੇ ਉੱਥੇ ਤੱਕਰ ਪਹੁੰਚਾ ਸਕਦੇ ਹੋ, ਉਹੀ ਅਸਲ ਦੀਵਾਲੀ ਆ। ਤਾਂ ਜਿੰਨੇ ਵੀ ਬਜ਼ੁਰਗ ਭਰਾ ਤੁਹਾਡੇ ਸਾਹਮਣੇ ਬੈਠੇ ਦਿਖਾਈ ਦੇ ਰਹੇ ਆ ਤੁਹਾਨੂੰ, ਇਹ ਸਾਰੇ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲੇ ਹੋਏ ਆ, ਕਿਸੇ ਦੇ ਕੀੜੇ ਪਏ ਹੋਏ ਸੀ, ਕੋਈ ਬੰਨਿਆ ਹੋਇਆ ਸੀ, ਕੋਈ ਘਰ 'ਚ ਹੀ ਬੰਦ ਪਿਆ ਆਪਣੀ ਜ਼ਿੰਦਗੀ 'ਤੇ ਮੌਤ ਦਾ ਇੰਤਜ਼ਾਰ ਕਰ ਰਿਹਾ ਸੀਗਾ, ਕੋਈ ਇਨਸਾਨ ਇੱਦਾਂ ਦੇ ਹਾਲਾਤਾਂ 'ਚੋਂ ਨਿਕਲ ਰਿਹਾ ਸੀ ਵੀ ਗੁਲਾਮੀ ਭਰੀ ਜ਼ਿੰਦਗੀ, ਅੱਜ ਦੀ ਆਜ਼ਾਦੀ ਭਰੀ ਸਮੇਂ ਦੇ ਸਮਾਜ ਦੇ ਵਿੱਚ, ਸਮਾਜ ਸਾਡਾ ਆਜ਼ਾਦ ਜ਼ਰੂਰ ਹੋਇਆ ਪਰ ਆਜ਼ਾਦ ਨਹੀਂ ਹੈਗੇ, ਸਾਡੀ ਸੋਚ ਵੀ ਗੁਲਾਮ ਆ ਅਤੇ ਅਸੀਂ ਖੁਦ ਵੀ ਗੁਲਾਮ ਆ। ਗੋਪਾਲ ਜਮਾਤੂ ਵਰਗੇ ਵੀਰ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਗੁਲਾਮੀ ਦੇ ਨਾਲ ਘਰਾਂ ਦੇ ਵਿੱਚ ਲੋਕਾਂ ਦੇ ਗੋਹਾ ਚੱਕੀ ਜਾਂਦੇ ਆ, ਜ਼ਿੰਦਗੀ ਇਸ ਤਰੀਕੇ ਨਾਲ ਜਿਉਂ ਰਿਹਾ ਜਿਵੇਂ ਨਰਕ ਤੋਂ ਵੀ ਬਦਤਰ ਹੋਵੇ। ਅਤੇ ਅੱਜ ਤੁਹਾਡੇ ਸਾਹਮਣੇ ਸੱਚੇ ਪਾਤਸ਼ਾਹ ਨੇ ਸ਼ਾਇਦ ਸੇਵਾ ਲਾਈ ਸੀ ਸਾਡੀ, ਜਿਹੜੀ ਅੱਜ ਤੁਹਾਡੇ ਰੂਬਰੂ ਹੋ ਕੇ ਇਹਨਾਂ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਦਿਖਾਉਣ ਦੀ, ਅਤੇ ਨਾਲ ਅਨਮੋਲ ਕਵਿਤਰਾ ਵੀ ਅੱਜ ਤੁਹਾਡੇ ਨਾਲ ਅਸੀਂ ਸੱਚੇ ਪਾਤਸ਼ਾਹ ਨੇ ਤੁਹਾਡੇ ਸਾਹਮਣੇ ਲਿਆਂਦਾ ਸਾਡੇ ਪੇਜ
ਅਨਮੋਲ ਵੀ ਇੱਕ ਨੋਰਮਲ ਇਨਸਾਨ ਸੀਗਾ, ਇੱਕ ਨੋਰਮਲ ਫੈਮਿਲੀ ਨੂੰ ਬਿਲੋਂਗ ਕਰਦਾ ਸੀਗਾ, ਇੱਕ ਚੰਗੀ ਜ਼ਿੰਦਗੀ ਜਿਉਣਾ ਚਾਹੁੰਦਾ ਸੀ ਜਿੱਦਾਂ ਦੀ ਤੁਸੀਂ ਜਿਉਂਦੇ ਹੋ, ਪਰ ਇਹਨੇ ਰਾਹ ਚੁਣਿਆ ਜਿਹੜਾ ਉਹ ਲੱਖਾਂ ਲੋਕਾਂ ਦੀ ਜ਼ਿੰਦਗੀਆਂ ਨੂੰ ਬਦਲ ਗਿਆ। ਇਸ ਕਰਕੇ ਸਾਡੀ ਬੇਨਤੀ ਆ ਵੀ ਇੱਦਾਂ ਦੀਆਂ ਚੀਜ਼ਾਂ ਆਪਾਂ ਕਰ ਸਕਦੇ ਹਾਂ। ਅਤੇ ਅੱਗੇ ਜਿਵੇਂ ਬਾਪੂ ਕੁਲਵੰਤ ਸਿੰਘ ਜੀ ਪਏ ਨੇ, ਜਿਵੇਂ ਤੁਹਾਨੂੰ ਮਿਲਾਇਆ ਬਾਪੂ ਮਹਿੰਦਰ ਸਿੰਘ ਜੀ ਆ, ਅਤੇ ਆਹ ਵੀਰ ਨੂੰ ਫਰੀਦਕੋਟ ਤੋਂ ਫਿਰੋਜ਼ਪੁਰ ਤੋਂ ਲੈ ਕੇ ਆਏ ਆ ਅਜਨ ਮੋਲ। ਅਤੇ ਇਹ ਵੀਰ ਵੀ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਹੋਸਪਿਟਲ 'ਚ ਪਿਆ ਸੀ। ਇਹ ਬਾਪੂ ਕੱਦੂ ਸਿੰਘ ਆ ਜੀ, ਇਹਨਾਂ ਦੇ ਪੂਰੇ ਆਹ ਦੇਖੋ ਗਲ ਦੇ ਵਿੱਚ ਕੀੜੇ ਪਏ ਹੋਏ ਸੀਗੇ, ਆਹ ਕੰਨ ਦੇ ਵਿੱਚ ਦੀ ਕੀੜੇ ਹੋ ਕੇ ਇੱਥੇ ਗਲ ਦੇ ਵਿੱਚ ਦੀ ਆ ਗਏ ਸੀ, ਬਾਹਰ ਆਰਟਰੀ ਵਗੈਰਾ ਸਾਰੀ ਬਾਹਰ ਦਿਖਾਈ ਦਿੰਦੀ ਸੀ। ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀ, ਪਰ ਵਾਹਿਗੁਰੂ ਦੀ ਕਿਰਪਾ ਠੀਕ ਹੋ ਗਿਆ ਬਾਪੂ। ਬਾਪੂ ਗੁਲਾਬ ਸਿੰਘ ਮਾਲ ਰੋਡ ਤੋਂ ਚੱਕ ਕੇ ਲੈ ਕੇ ਆਏ ਸੀ, ਕੀੜਿਆਂ ਤੋਂ ਖਾਧੇ ਜਾ ਰਹੇ ਸੀਗੇ। ਬਾਪੂ ਲੁੱਗੀ ਆ ਅੱਖਾਂ ਤੋਂ ਬਲਾਇੰਡ, ਹੁਸੈਨਪੁਰਾ ਪਿੰਡ ਦੇ ਵਿੱਚ ਪਏ ਸੀਗੇ, ਇੱਕ ਆਪਾਂ ਜ਼ਿੰਦਗੀ 'ਤੇ ਇੱਕ ਅੱਖਾਂ ਤੋਂ ਬਿਨਾਂ ਜ਼ਿੰਦਗੀ ਜਿਉਂ ਰਹੇ ਸੀਗੇ। ਬਾਪੂ ਦਾਰਾ ਸਿੰਘ ਜੀ, ਇਹ ਵੀ ਇੱਕ ਖੁੱਡੇ ਦੇ ਵਿੱਚ ਬੰਦ ਕਹਿ ਦਈਏ ਪਏ ਸੀਗੇ, ਅਤੇ ਘਰ ਦੇ ਵਿੱਚ ਅੱਖਾਂ ਦੀ ਰੋਸ਼ਨੀ ਤੋਂ ਬਿਨਾਂ ਆਪਣੀ ਜ਼ਿੰਦਗੀ ਜਿਉਣ ਲਈ ਮਜਬੂਰ ਸੀਗੇ। ਇੱਦਾਂ ਜਸਵੀਰ ਆ ਵੀਰ ਸਾਡਾ, ਇਹ ਵੀ ਇੱਕ ਪਾਰਕ ਦੇ ਵਿੱਚ ਪਿਆ, ਜਿਸ ਆਪਣੇ ਜਨਤਾ ਨਗਰ ਦੇ ਵਿੱਚ ਗੋਲਡਨ ਪਾਰਕ ਦੇ ਵਿੱਚ ਪਿਆ, ਕੀੜਿਆਂ ਤੋਂ ਖਾਧਾ ਜਾ ਰਿਹਾ ਸੀਗਾ। ਅਤੇ ਇਹ ਇਹ ਅਲੱਗ ਅਲੱਗ ਆ ਵੀਰ ਸਾਡੇ ਕੋਲ, ਕੱਲ੍ਹ ਹੀ ਹਿੰਮਤਪੁਰੇ ਤੋਂ ਡਾਕਟਰ ਜਗਤਾਰ ਸਿੰਘ ਸਾਡੇ ਭਰਾ ਵਾ ਵੀਰ, ਉਹ ਵੀ ਬੜੀ ਵਧੀਆ ਸੇਵਾ ਸਮਾਜ ਦੀ ਕਰਦੇ ਰਹਿੰਦੇ ਆ, ਉਹਨਾਂ ਨੇ ਸਾਡੇ ਕੋਲ ਪਹੁੰਚਦਾ ਕੀਤਾ। ਇਹ ਵੀਰ ਦਾ ਨਾਮ ਬੋਤਾ ਸਿੰਘ ਦੱਸਦਾ ਵੀਰ ਇਹ, ਅਤੇ ਇਹ ਵੀਰ ਦੇ ਬਾਰੇ ਜੇ ਕੋਈ ਤੁਸੀਂ ਜਾਣਦੇ ਹੋ ਜਾਂ ਕੋਈ ਪਹਿਚਾਣਦੇ ਹੋ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ। ਅਤੇ ਇਹਦਾ ਪਿੰਡ ਵਗੈਰਾ ਸਾਨੂੰ ਨਹੀਂ ਪਤਾ, ਇਹ ਦੱਸਦਾ ਮੇਰੀ ਮੰਮੀ ਦੀ ਵੀ ਮੌਤ ਹੋ ਗਈ, ਡੈਡੀ ਦੀ ਵੀ ਮੌਤ ਹੋ ਗਈ, ਪਰਸੋਂ ਹੀ ਛੱਡ ਕੇ ਗਏ ਆ ਸਾਡੇ ਕੋਲ, ਰਾਤ ਨੂੰ ਬਾਂਹ ਦੇ ਉੱਤੇ ਸੱਟ ਲੱਗੀ ਹੋਈ ਸੀ, ਇੱਕ ਬਾਂਹ ਟੁੱਟੀ ਹੋਈ ਸੀ ਇਹਦੀ, ਇੱਥੇ ਸਾਰੇ ਉਹ ਪਲਸਤਰ ਲੱਗਿਆ ਹੋਇਆ ਸੀਗਾ, ਆ ਟਾਂਕੇ ਵਗੈਰਾ ਵੀ ਲੱਗੇ ਹੋਏ, ਪਰ ਹੁਣ ਬਾਂਹ ਤਾਂ ਜੁੜ ਗਈ ਆ, ਅਤੇ ਹੱਥ ਦਾ ਐਕਸਰਾ ਕਰਾਇਆ ਠੀਕ ਆ। ਕਿਹੜਾ ਕੀ ਨਾਮ ਵੀਰੇ ਤੇਰਾ? ਬਹੁਤਾ। ਪਿੰਡ ਕਿਹੜਾ ਤੇਰਾ? ਪਿੰਡ ਦਾ ਨਾਮ ਕੀ ਆ? ਜੀਜਾ। ਹਾਂ ਜੀਜਾ। ਜੀਜਾ ਕੁੰਜੀ, ਤਾਲੇ ਨੂੰ ਕੁੰਜੀ ਲਾ ਗਿਆ ਜਿੰਦਾ? ਕੌਣ ਲਾ ਗਿਆ? ਮੇਰਾ ਬਾਪਾ। ਬਾਪਾ? ਨਹੀਂ ਜੀਜਾ। ਜੀਜਾ ਲਾ ਗਿਆ। ਤੇਰਾ ਘਰ ਕਿੱਥੇ ਆ? ਅੱਗੇ। ਅੱਗੇ ਪਿੰਡ ਦਾ ਨਾਮ ਕੀ ਆ? ਮੁੰਡੀ ਟੱਟੀਆ ਜੋੜਾ। ਅੱਗੇ ਅੱਗੇ ਆ। ਹਾਂ। ਤੇ ਡੈਡੀ ਦਾ ਕੀ ਨਾਮ ਸੀ? ਡੈਡੀ ਦਾ ਮਰ ਗਿਆ। ਕੀ ਨਾਮ ਸੀ? ਮਰ ਗਿਆ। ਨਾਮ ਕੀ ਸੀ? ਨਾਮ ਖੁੰਡਾ। ਹੈਂ? ਖੁੰਡਾ। ਖੁੰਡਾ ਸਿੰਘ। ਹਾਂ। ਤੇ ਮਾਂ ਦਾ ਨਾਮ ਕੀ ਸੀ? ਮਾਂ ਡੈਟੀ। ਮਾਂ ਕਿੱਥੇ ਆ? ਛੱਡ ਕੇ ਗਏ ਵੀਰ, ਬਹੁਤ ਮਾੜੇ ਹਾਲਾਤ ਸੀ ਕਈ ਮਹੀਨਿਆਂ ਤੋਂ, ਜਿਵੇਂ ਨਹਾਤਾ ਨੀ ਹੁੰਦਾ, ਬਹੁਤ ਹਾਲਾਤ ਮਾੜੇ ਸੀ। ਉਹਨਾਂ ਨੇ ਵੀਰਾਂ ਨੇ ਇਸ਼ਨਾਨ ਕਰਾਇਆ, ਸਾਫ਼ ਸੁਥਰਾ ਕਰਕੇ, ਅਤੇ ਸਾਡੇ ਨਾਲ ਸੰਪਰਕ ਕੀਤਾ, ਇੱਥੇ ਪਹੁੰਚਦਾ ਕੀਤਾ ਵੀਰ ਨੂੰ। ਅਤੇ ਇਹ ਵੀਰ ਆਪਣਾ ਨਾਮ ਬੋਤਾ ਸਿੰਘ ਦੱਸਦਾ ਵਾ, ਇਹਦੇ ਹੱਥ ਦੇ ਉੱਪਰ ਵੀ ਇੱਥੇ ਨਾਲ ਲਿਖਿਆ ਵੀ ਹੋਇਆ ਵਾ, ਹਿੰਦੀ ਦੇ ਵਿੱਚ ਲਿਖਿਆ ਹੋਇਆ ਵਾ ਬੋਤਾ। ਅਤੇ ਜੇ ਕੋਈ ਵੀਰ ਜਾਂ ਭੈਣ ਇਹਨਾਂ ਨੂੰ ਜਾਣਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ, ਸਾਨੂੰ ਜ਼ਰੂਰ ਦੱਸਿਓ। ਅਤੇ ਅੱਗੇ ਇੱਦਾਂ ਹੀ ਸਾਡੀਆਂ ਫੀਮੇਲ ਮੈਂਬਰ, ਸਾਡੇ ਪਰਿਵਾਰਕ ਮੈਂਬਰ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਬੈਠੀਆਂ ਇੱਥੇ, ਜਿਹੜਾ ਸਾਡੇ ਕੋਲ ਸਾਡਾ ਪਰਿਵਾਰ ਦੇ ਵਾਂਗ ਸਾਡੇ ਵਿੱਚ ਰਹਿ ਰਹੇ ਨੇ। ਇਹ ਰਚਨਾ ਵਾਂ ਜਿਵੇਂ ਤੁਹਾਨੂੰ ਮਿਲਾਇਆ ਸੀਗਾ, ਰਚਨਾ ਅਤੇ ਵਿੱਕੀ ਦੋਨੇ ਭੈਣ ਭਰਾ ਘਰ ਦੇ ਵਿੱਚ ਬੰਦ ਆਪਣੀ ਇੱਕ ਨਰਕ ਤੋਂ ਵੀ ਮਾੜੀ ਜ਼ਿੰਦਗੀ ਨਹੀਂ ਆ ਰਹੇ ਸੀ। ਮਾਤਾ ਸਾਡੇ ਸ਼ਿਮਲਾ ਦੇ ਵੀ ਕਿਸੇ ਟਾਈਮ ਸੋਨੇ ਦੇ ਭਾਂਡਿਆਂ 'ਚ ਰੋਟੀ ਖਾਂਦੇ ਸੀਗੇ, ਇਹਨਾਂ ਦੇ ਘਰ ਵੀ ਲੱਛਮੀ ਐਂ ਹੁੰਦੀ ਸੀ ਪਈ, ਪੇਟੀਆਂ ਅਲਮਾਰੀਆਂ ਭਰੀਆਂ ਪਈਆਂ ਸੀ। ਪਰ ਜਦੋਂ ਮਾਤਾ ਜੀ ਨੂੰ ਲੈ ਕੇ ਆਏ ਤਾਂ ਘਰ ਦੇ ਵਿੱਚ ਟੋਇਲਟ ਦੇ ਢੇਰ ਲੱਗੇ ਪਏ ਸੀਗੇ, ਉੱਥੇ ਲੱਛਮੀ ਨੇ ਕਿੱਥੇ ਆਉਣਾ? ਉੱਥੇ ਜਿਹੜੀਆਂ ਮਾਤਾ ਨੇ 10-11 ਦੀਵਾਲੀਆਂ ਇੱਦਾਂ ਮਨਾਈਆਂ ਟੋਇਲਟ ਨਾਲ ਲਿਬੜੇ ਹੋਇਆਂ ਨੇ, ਉਹਨਾਂ ਦੇ ਪਿੰਡ ਦੇ ਲੋਕਾਂ ਨੂੰ ਕਿਉਂ ਨਹੀਂ ਸਮਝ ਆਈ ਇਹ ਗੱਲ ਵੀ ਲੱਛਮੀ ਉਹਨਾਂ ਦੇ ਪਿੰਡ ਦੇ ਵਿੱਚ ਹੀ ਪਈ ਭੁੱਖੀ ਮਰੀ ਜਾਂਦੀ ਆ, ਉਹਨਾਂ ਦੇ ਪਿੰਡ ਦੇ ਵਿੱਚ ਹੀ ਲੱਛਮੀ ਇਸ ਹਾਲਾਤ ਦੇ ਵਿੱਚ ਪਏ ਆ, ਅਤੇ ਉਹਨਾਂ ਨੇ ਕਿਉਂ ਨਹੀਂ ਮਦਦ ਕੀਤੀ? ਅਤੇ ਇੱਦਾਂ ਹੀ ਉਹ ਮਾਤਾ ਜੀ ਪਿੱਛੇ ਬੈਠੇ ਨੇ ਪਏ ਨੇ, ਮਾਤਾ ਜੀ ਬੈਠੇ ਉੱਠ ਕੇ ਪੜਿਆਂ ਦੇ ਹੋਰ ਬੇਬੇ ਠੀਕ ਹੋ? ਚੱਲ ਲੈ ਲਓ ਕਾਜੂ ਬਦਾਮ ਖਾਣੇ ਅੱਜ। ਹਾਂ ਲਿਆਉਂਦੇ ਪਏ ਆ। ਅੱਛਾ ਜੀ, ਦੀਵਾਲੀ ਵਾਲੇ ਦਿਨ ਜਨਮ ਹੋਇਆ ਸੀ ਤੇਰਾ ਬੇਬੇ? ਠੀਕ। ਇਹ ਬੇਬੇ ਆ ਜੀ ਸਾਡੇ ਸ਼ਿਮ, ਇਹ ਮਾਤਾ ਜੀ ਜਾਣੀ ਕਿ ਚੰਦਰਕਾਂਤਾ ਜੀ, ਲੁਧਿਆਣੇ ਤੋਂ ਅਸੀਂ ਚੱਕ ਕੇ ਲੈ ਕੇ ਥੱਲੇ ਜ਼ਮੀਨ 'ਤੇ ਘਸੜ ਘਸੜ ਕੇ ਤੁਰਦੇ ਸੀ, ਰੁੜਦੇ ਸੀ, ਸਾਲ ਡੇਢ ਸਾਲ ਤੋਂ ਕਰੀਬ ਜਾਂਦੇ ਕਰਦੇ। 1984 ਦੇ ਦੰਗਿਆਂ 'ਚ ਪੂਰਾ ਪਰਿਵਾਰ ਮਾਤਾ ਦਾ ਮਾਰਦਾ ਸੀਗਾ, ਇਕੱਲੀ ਮਾਤਾ ਗੁਰਦੁਆਰਾ ਸਾਹਿਬ 'ਚ ਰਹਿੰਦੀ ਸੀ। ਗੁਰਦੁਆਰੇ 'ਚ ਵੀ ਜਦੋਂ ਫਿਜੀਕਲ ਡਿਸੇਬਲ ਹੋ ਗਈ, ਮਾਤਾ ਲੱਤਾਂ ਪੈਰ ਕੰਮ ਕਰਨੋਂ ਹਟ ਗਏ, ਉਹਨਾਂ ਨੇ ਵੀ ਬਾਹਰ ਕੱਢਤਾ, ਅਤੇ ਵਾਹਿਗੁਰੂ ਨੇ ਸਾਡੀ ਸੇਵਾ ਲਾਈ ਸੱਚੇ ਪਾਤਸ਼ਾਹ ਨੇ। ਅਤੇ ਹੁਣ ਮਾਤਾ ਜੀ ਠੀਕ ਆ, ਤੁਰਨ ਵੀ ਲੱਗ ਗਿਆ। ਹਾਂ ਲਿਆ ਕੇ ਦੇਣਾ ਪਾਈਏ ਕਾਜੂ, ਪਾਈਆ ਪਾਈਆ ਬਦਾਮ, ਠੀਕ ਆ ਲਿਆ ਦੇਣਾ ਅਮਰੀਕਨ ਗਿਰੀਆਂ, ਅੱਜ ਪੱਕਾ ਲਿਆ ਦੇਣਾ।
ਤੇ ਇਹਦੇ ਸਾਡੀ ਭੈਣ ਆ ਸੋਨੂ ਇਹ ਵੀ ਠੀਕ ਨਹੀਂ ਸੀ ਦਿਮਾਗੀ ਹੁਣ ਠੀਕ ਆ ਅੱਗੇ ਨਾਲੋਂ ਬਹੁਤ ਵਾਹਿਗੁਰੂ ਦੀ ਕਿਰਪਾ ਇਹਦੇ ਦੋ ਬੱਚੇ ਆ ਇਹਦੇ ਹਸਬੈਂਡ ਨੇ ਪੈਰਾਲਾਈਜ਼ ਹੋਏ ਸੜਕ ਤੇ ਸੌਂਦੇ ਸੀ ਕਈ ਸਾਲ ਡੇਢ ਸਾਲ ਤੋਂ ਕਰੀਬ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਸਾਡੇ ਕੋਲ ਰਹਿੰਦੇ ਨੇ ਇੱਦਾਂ ਰਿਹਾਨਾ ਭੈਣ ਆ ਇਹਦੀ ਵੀ ਬਾਂਹ ਦੇ ਵਿੱਚ ਕੀੜੇ ਪਏ ਸੀ ਇੱਕ ਪੂਰੀ ਬਾਂਹ ਕੱਟੀ ਹੋਈ ਆ ਹੈ ਨਹੀਂ ਗੀ ਬਾਂਹ ਸਿਵਲ ਹਸਪਤਾਲ ਜਲੰਧਰ ਤੋਂ ਲੈ ਕੇ ਆਏ ਸੀਗੇ ਚੱਕ ਕੇ ਤੇ ਸਾਡੀ ਭੈਣ ਆ ਸਾਡੀ ਛੋਟੀ ਭੈਣ ਸੰਦੀਪ ਇਹ ਸੇਵਾ ਕਰਦੀ ਆ ਜਦ ਵੀ ਭੈਣ ਨੂੰ ਟਾਈਮ ਲੱਗਦਾ ਸਾਡੀ ਟੀਮ ਦੇ ਮੈਂਬਰ ਆ ਭੈਣ ਜੀ ਇੱਥੇ ਸਾਡੇ ਕੋਲ ਆਉਂਦੇ ਆ ਸਾਡੇ ਨਾਲ ਯਾਨੀ ਕਿ ਜੇ ਕਿਉਂਕਿ ਜਿਹੜਾ ਫੀਮੇਲ ਨੂੰ ਸਾਂਭਣ ਵਾਲਾ ਸਿਸਟਮ ਸਾਰਾ ਇਹ ਨਾਲ ਲੱਗ ਕੇ ਕਰਵਾਉਂਦੇ ਨੇ ਸਾਡੇ ਕੋਲ ਇੱਦਾਂ ਦੇ ਫੀਮੇਲ ਮੈਂਬਰ ਨੇ ਸਾਡੇ ਨਾਲ ਜਿਹੜੇ ਜੁੜੇ ਹੋਏ ਆ ਸਾਡੇ ਉਹ ਵਾਹਿਗੁਰੂ ਨੇ ਪਤਾ ਨਹੀਂ ਕਿੱਦਾਂ ਕਿੱਦਾਂ ਸਾਨੂੰ ਕਿੱਥੋਂ ਕਿੱਥੋਂ ਲਿਆ ਕੇ ਸਾਡੇ ਨਾਲ ਜੋੜਿਆ ਉਹਨਾਂ ਨੂੰ ਜਿਹੜੇ ਅਸੀਂ ਇਸ ਕਾਰਜ ਨੂੰ ਕਰ ਪਾਉਂਦੇ ਹਾਂ ਅਤੇ ਅਸੀਂ ਭੈਣ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਵੀ ਆ ਕਿ ਸੱਚੇ ਪਾਤਸ਼ਾਹ ਮਿਹਰ ਕਰੇ ਅਤੇ ਫੁੱਲਣਾ ਇਹ ਸਾਰਾ ਦਿਨ ਸੰਭਾਲਦੀ ਹੈ ਸਾਡੇ ਟੀਮ ਦੇ ਮੈਂਬਰ ਹੈ ਵੀ ਇਹ ਵੀ ਸੇਵਾ ਕਰਦੀ ਹੈ ਭੈਣ ਸਾਡੇ ਨਾਲ ਹੀ ਇਹ ਫੀਮੇਲ ਨੂੰ ਸੰਭਾਲਣ ਦੀ ਯਾਨੀ ਕਿ ਜ਼ਿੰਦਗੀ ਇੱਕ ਇਸ ਤਰੀਕੇ ਨਾਲ ਚੱਲਦੀ ਹੈ ਵੀ ਜ਼ਿੰਦਗੀ ਦਾ ਪਤਾ ਨਹੀਂ ਲੱਗਦਾ ਕਦੋਂ ਕਿੱਥੇ ਕਿੱਥੇ ਆ ਕੇ ਖਤਮ ਹੋ ਜਾਣੀ ਆ ਅਤੇ ਕਿੱਥੇ ਆ ਕੇ ਜ਼ਿੰਦਗੀ ਦੇ ਹਾਲਾਤ ਆ ਜਿਹੜੇ ਉਹ ਬਦਲ ਜਾਣੇ ਆ ਅਤੇ ਪਲੀਜ਼ ਬੇਨਤੀ ਆ ਦਿਨ ਤਿਉਹਾਰਾਂ ਦੇ ਉੱਪਰ ਆਪਾਂ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਜ਼ਿੰਦਗੀ ਚੰਗਾ ਕਰਨ ਦੀ ਆਪਾਂ ਭਾਂਡੇ ਨਵੇਂ ਲੈ ਕੇ ਆਉਂਦੇ ਆਪਾਂ ਘਰ ਦੇ ਵਿੱਚ ਕੋਈ ਚੀਜ਼ਾਂ ਇਹੋ ਜਿਹੀਆਂ ਲੈ ਕੇ ਆਉਂਦੇ ਹਾਂ ਵੀ ਜਿਹਦੇ ਨਾਲ ਆਪਾਂ ਕੋਸ਼ਿਸ਼ ਕਰਦੇ ਵੀ ਸਾਡੇ ਘਰ 'ਚ ਕੋਈ ਖੁਸ਼ੀਆਂ ਆਉਣ ਅਤੇ ਪਰ ਤੁਹਾਡੇ ਆਂਢ ਗੁਆਂਢ ਦੇ ਵਿੱਚ ਤੁਹਾਡੇ ਗੁਆਂਢ 'ਚ ਕੋਈ ਖੁਸ਼ੀਆਂ ਕੌਣ ਲੈ ਕੇ ਆਊਗਾ ਵੀ ਤੁਸੀਂ ਉਹ ਲਿਆ ਸਕਦੇ ਆ ਉਹ ਵੀ ਤੁਸੀਂ ਵੀ ਮਦਦ ਕਰ ਸਕਦੇ ਆ ਅਤੇ ਉਹਨਾਂ ਦੀ ਜਿਨ੍ਹਾਂ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਵੀ ਹੱਕ ਬਣਦਾ ਵੀ ਲੱਛਮੀ ਉਹਨਾਂ ਦੇ ਘਰ ਵੀ ਆਵੇ ਤਾਂ ਤੁਸੀਂ ਪਲੀਜ਼ ਆਪਣੇ ਨੇੜੇ ਤੇੜੇ ਝਾਤ ਜ਼ਰੂਰ ਮਾਰਿਆ ਕਰੋ ਆਹ ਦਵਾਈਆਂ ਦੀ ਰਿਕੁਆਇਰਮੈਂਟ ਲਿਸਟ ਆ ਜਿਹਦੇ ਵਿੱਚ ਤੁਸੀਂ ਸਾਡੇ ਤੱਕ ਪਹੁੰਚਦੀਆਂ ਕਰ ਸਕਦੇ ਹੋ ਦਵਾਈਆਂ ਇਹ ਉਹੀ ਵੀਰ ਜਾਂ ਭੈਣ ਕਰ ਸਕਦੇ ਜਿਨ੍ਹਾਂ ਦਾ ਕੋਈ ਮੈਡੀਕਲ ਲਾਈਨ ਦੇ ਵਿੱਚ ਕੋਈ ਲਿੰਕ ਆ ਕਿਸੇ ਨਾਲ ਕੋਈ ਮੈਡੀਕਲ ਲਾਈਨ ਦੇ ਵਿੱਚ ਕੋਈ ਕਿਸੇ ਦੀ ਅਪਰੋਚ ਹੈਗੀ ਹੈ ਕਿਉਂਕਿ ਦਵਾਈਆਂ ਇੱਦਾਂ ਦੀਆਂ ਦਿਮਾਗ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਵਾ ਅਤੇ ਆਮ ਮਿਲ ਨਹੀਂ ਸਕਦੀਆਂ ਹੈਗੀਆਂ ਇੱਦਾਂ ਹੀ ਸਾਡੀਆਂ ਰਿਕੁਆਇਰਮੈਂਟ ਨੇ ਕਿ ਵੈਸੇ ਤਾਂ ਕਰੀਬ ਪੂਰਾ ਹੋ ਗਿਆ ਸਮਾਨ ਪਰ ਜਿਵੇਂ ਮੰਜੇ ਆ ਵੱਡੀਆਂ ਪੇਟੀਆਂ ਕੁਛ ਚੀਜ਼ਾਂ ਰਹਿੰਦੀਆਂ ਵਾ ਫੋਨ ਕਰਕੇ ਤੁਸੀਂ ਪੁੱਛ ਲਿਓ ਜਿਹੜੀਆਂ ਚੀਜ਼ਾਂ ਆ ਗਈਆਂ ਕਿਉਂਕਿ ਕੁਛ ਵੀਰਾਂ ਨੇ ਨਾਮ ਲਿਖਾਏ ਵੀ ਹੋਏ ਆ ਸਾਨੂੰ ਇਹਨਾਂ ਚੀਜ਼ਾਂ ਨੂੰ ਪਹੁੰਚਾਉਣ ਦੀ ਖਾਤਰ ਸਾਡੇ ਕੋਲ ਅਤੇ ਤੁਸੀਂ ਪੁੱਛ ਕੇ ਸਾਡੇ ਤੱਕ ਚੀਜ਼ਾਂ ਪਹੁੰਚੀਆਂ ਕਰ ਸਕਦੇ ਹਾਂ ਇੱਦਾਂ ਹੀ ਇਹ ਚੀਜ਼ਾਂ ਜੀ ਸੀਮੈਂਟ ਜਾਂ ਰੇਤਾ ਬਜਰੀ ਦੇ ਨਾਲ ਰਿਲੇਟਡ ਬਿਲਡਿੰਗ ਮਟੀਰੀਅਲ ਉਹਦੇ ਵਿੱਚ ਤੁਸੀਂ ਹੈਲਪ ਕਰ ਸਕਦੇ ਹੋ ਸਾਡੀ ਅਤੇ ਇੰਨੀਆਂ ਕੀ ਬੇਨਤੀਆਂ ਜੀ ਅੱਜ ਸ਼ਾਮ ਨੂੰ ਫਿਰ ਮਿਲਾਂਗੇ ਆਪਾਂ ਕਰੀਬ 5 ਵਜੇ ਅਸੀਂ ਲਾਈਵ ਹੋਵਾਂਗੇ 5 ਵਜੇ ਸਾਡੇ ਪਰਿਵਾਰ ਦੇ ਨਾਲ ਤੁਸੀਂ ਦੀਵਾਲੀ ਸੈਲੀਬ੍ਰੇਟ ਕਰ ਸਕਦੇ ਹੋ ਇਹ ਦੀਵਾਲੀ ਸੈਲੀਬ੍ਰੇਟ ਕਰਨ ਦੇ ਲਈ ਤੁਸੀਂ ਸਾਡੇ ਕੋਲ ਇੱਥੇ ਆ ਵੀ ਸਕਦੇ ਹੋ ਜੇ ਕੋਈ ਵੀਰ ਲੋਕਲ ਭੈਣਾਂ ਸਾਡੀਆਂ ਹੈਗੀਆਂ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਜਾਂ ਜਿਹੜੇ ਇਸ ਵੀਡੀਓ ਨੂੰ ਦੇਖਦੇ ਆ ਸ਼ਾਮ ਨੂੰ ਬਾਰਨਹਾੜੇ ਪਿੰਡ ਹੰਬੜਾ ਰੋਡ ਦੇ ਉੱਪਰ ਲੁਧਿਆਣੇ ਹੈਬੋਵਾਲ ਤੋਂ ਅੱਗੇ ਆ ਕੇ ਇਹ ਆਲੀ ਪਿੰਡ ਦੇ ਬਿਲਕੁਲ ਸਾਹਮਣੇ ਪਿੰਡ ਆ ਉੱਥੇ ਆ ਕੇ ਤੁਸੀਂ ਸਾਡੇ ਨਾਲ ਅੱਜ ਦੀਆਂ ਖੁਸ਼ੀਆਂ ਸਾਂਝੀਆਂ ਕਰ ਸਕਦੇ ਹੋ ਸਾਡੇ ਪਰਿਵਾਰ ਦੇ ਨਾਲ ਜਿਹੜਾ ਕਿ 125 ਬੰਦਾ ਕਰੀਬ ਸਾਡੇ ਕੋਲ ਇਸ ਟਾਈਮ ਰਹਿੰਦਾ ਉਹਨਾਂ ਦੇ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰ ਸਕਦੇ ਹੋ ਇੰਨੀਆਂ ਕੀ ਬੇਨਤੀਆਂ ਅਤੇ ਇੰਨੀਆਂ ਕੀ ਜਾਣਕਾਰੀਆਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਦੀਵਾਲੀ ਦੀਆਂ ਫਿਰ ਬਹੁਤ ਬਹੁਤ ਮੁਬਾਰਕਾਂ ਆਪਦੀ ਦੀਵਾਲੀ ਨੂੰ ਬੈਟਰ ਕਰਨ ਦੇ ਚੱਕਰ ਦੇ ਵਿੱਚ ਕਿਸੇ ਹੋਰ ਦੀ ਦੀਵਾਲੀ ਨੂੰ ਕਾਲੀ ਨਾ ਕਰ ਦਿਓ ਇਸ ਗੱਲ ਦਾ ਖਿਆਲ ਰੱਖਿਓ ਅਤੇ ਜੇ ਤੁਸੀਂ ਆਪਦੀ ਦੀਵਾਲੀ ਨੂੰ ਚੰਗਾ ਕਰਨਾ ਤਾਂ ਕਿਸੇ ਹੋਰ ਦੀ ਦੀਵਾਲੀ ਚੰਗੀ ਕਰ ਦਿਓ ਤਾਂ ਤੁਹਾਡੀ ਦੀਵਾਲੀ ਆਪੇ ਹੀ ਵਧੀਆ ਹੋ ਜਾਣੀ ਆ ਇੰਨੀ ਆ ਕਿ ਸਾਡੇ ਲਈ ਇੱਕ ਛੋਟਾ ਜਿਹਾ ਮੈਸੇਜ ਆ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਰੱਬ ਪੱਥਰਾਂ ਦੇ ਵਿੱਚ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਜਾਂ ਮਸਜਿਦਾਂ ਦੇ ਵਿੱਚ ਨਹੀਂ ਵੱਸਦਾ ਰੱਬ ਇੱਥੇ ਅੰਦਰ ਵੱਸਦਾ ਦਿਲ ਦੇ ਵਿੱਚ ਇਨਸਾਨ ਦੇ ਅੰਦਰ ਵੱਸਦਾ ਉਹ ਇਨਸਾਨ ਤੁਹਾਡੇ ਘਰ ਦੇ ਵਿੱਚ ਤੁਹਾਡੀ ਮਾਂ ਦੇ ਰੂਪ 'ਚ ਵੀ ਆ ਤੁਹਾਡੇ ਪਿਓ ਦੇ ਰੂਪ 'ਚ ਵੀ ਤੁਹਾਡੀ ਭੈਣ ਅਤੇ ਭਰਾ ਦੇ ਰੂਪ 'ਚ ਵੀ ਆ ਉਹ ਤੁਹਾਡੀ ਭੂਆ ਮਾਸੀ ਚਾਚੀ ਤੁਹਾਡੇ ਗੁਆਂਢੀ ਤੁਹਾਡੇ ਕਿਸੇ ਵੀ ਨੇੜੇ ਤੇੜੇ ਵੱਸਦਾ ਇਨਸਾਨ ਆ ਉਹ ਰੱਬ ਆ ਜੇ ਤੁਸੀਂ ਉਹਨੂੰ ਰੱਬ ਦੇ ਰੂਪ 'ਚ ਦੇਖੋਗੇ ਤਾਂ ਇਨਸਾਨ ਇਹ ਹਾਲਾਤਾਂ ਦੇ ਵਿੱਚ ਨਹੀਂ ਪਹੁੰਚਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।